ਹੱਥ ਜੋੜ ਵੰਦਨਾ ਨੀਲੇ ਦੇ ਸਵਾਰ ਨੂੰ ਪੰਥ ਦੇ ਸ਼ਿੰਗਾਰ ਨੂੰ ਹੱਥ ਜੋੜ ਵੰਦਨਾ ਕਰਾਂ ਹੱਥ ਜੋੜ ਵੰਦਨਾ ਕਰਾਂ ਨੀਲੇ ਦੇ ਸਵਾਰ ਨੂੰ ਪੰਥ ਦੇ ਸ਼ਿੰਗਾਰ ਨੂੰ ਹੱਥ ਜੋੜ ਵੰਦਨਾ ਕਰਾਂ ਹੱਥ ਜੋੜ ਵੰਦਨਾ ਕਲਗੀ ਸੋਹਣੀ ਸੱਜਦੀ ਸੀਸ ਉੱਤੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਰਸਾਈ ਵੇਖ ਕੇ ਬਹਿਰੇ ਹੱਕ ਬਵਦ ਬਾਦਸ਼ਾਹੀ ਚੀਸਤ ਕਾਂ ਨਾ ਹੱਕ ਬਵਦ ਪਾਰਸਾਈ ਵੇਖ ਕੇ ਬਹਿਰੇ ਹੱਕ ਬਵਦ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਗੁਰੂ ਕੀਆਂ ਸੰਗਤਾਂ ਅਤੇ ਅੰਤ ਵਡਭਾਗੀਆਂ ਹੋ ਜੋ ਕਿ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤਿਨ੍ਹਾਂ ਦੇ ਪਾਵਨ ਦਰਬਾਰ ਦੇ ਵਿੱਚ ਆਪ ਗੁਰੂ ਕੀ ਸੰਗਤ ਨੂੰ ਬੈਠਣ ਦਾ ਸੁਭਾਗੀ ਸਮਾਂ ਪ੍ਰਾਪਤ ਹੋ ਰਿਹਾ ਹੈ ਔਰ ਅੱਜ ਆਪ ਗੁਰੂ ਕੀ ਸੰਗਤ ਨੇ ਪੁੰਨਿਆਂ ਦੇ ਦਿਹਾੜੇ ਉੱਪਰ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾਇਆ ਹੈ ਕਿਵੇਂ ਸੱਚੇ ਪਾਤਸ਼ਾਹ ਜੀ ਨੇ ਛਿਆਟਾ ਸਾਹਿਬ ਦੇ ਪਾਵਨ ਅਸਥਾਨ ਦੇ ਉੱਪਰ ਪ੍ਰਕਾਸ਼ ਧਾਰ ਕਰਕੇ ਔਰ ਮਾਤਾ ਗੰਗਾ ਜੀ ਦੀ ਭਾਵਨਾ ਸੁਭਾਵਨਾ ਨੂੰ ਭਾਗ ਲਾਇਆ ਔਰ ਦੁਨੀਆਂ ਦੇ ਉੱਪਰ ਜੋ ਅਗਿਆਨਤਾ ਦਾ ਅੰਧੇਰਾ ਫੈਲਿਆ ਹੋਇਆ ਸੀ ਉਸ ਅੰਧੇਰੇ ਦੇ ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਆਪਣਾ ਗਿਆਨ ਸਰੂਪ ਪ੍ਰਕਾਸ਼ ਦੇ ਕਰਕੇ ਮਿਟਾਉਣਾ ਕੀਤਾ ਔਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨ੍ਹਾਂ ਦੇ ਵਿਹੜੇ ਦੀ ਮਹਾਰਾਜ ਸਾਹਿਬ ਜੀ ਨੇ ਸ਼ਾਨ ਬਣ ਕਰਕੇ ਸੱਚੇ ਪਾਤਸ਼ਾਹ ਜੀ ਦੀ ਘਰ ਦੀ ਸ਼ਾਨ ਨੂੰ ਬੁਲੰਦ ਕਰਨਾ ਕੀਤਾ ਐਸੇ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਔਰ ਸੰਧਿਆ ਦੇ ਸਮੇਂ ਦਸਵੇਂ ਪਾਤਸ਼ਾਹ ਜੀ ਤੋਂ ਵਰੋਸਾਏ ਹੋਏ ਸੱਚੇ ਪਾਤਸ਼ਾਹ ਜੀ ਦੇ ਦਿਲ ਦੇ ਲਖਤੇ ਜਿਗਰ ਮਹਾਰਾਜ ਸਾਹਿਬ ਜੀ ਦੇ ਉੱਪਰ ਅਟਲ ਵਿਸ਼ਵਾਸ ਰੱਖਣ ਵਾਲੇ ਪ੍ਰੇਮ ਦੀ ਮੂਰਤ ਸ਼ਰਧਾ ਦੀ ਸੂਰਤ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਤਿਨ੍ਹਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਦੇ ਵਿੱਚ ਤਿਨ੍ਹਾਂ ਦੀ ਮਹਾਨ ਰਚਨਾ ਜ਼ਿੰਦਗੀ ਨਾਮੇ ਦੀ ਕਥਾ ਆਪ ਜੀ ਸਰਵਣ ਕਰਨ ਵਾਸਤੇ ਇੱਛਾਵਾਨ ਹੋ ਉਤਾਵਲੇ ਹੋ
ਸੱਚੇ ਪਾਤਸ਼ਾਹ ਜੀ ਹਰ ਰੋਜ਼ ਕਿਰਪਾ ਕਰਕੇ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਦੇ ਕਲਾਮ ਦੀ ਆਪ ਗੁਰੂ ਕੀ ਸੰਗਤ ਨੂੰ ਕਥਾ ਸਰਵਣ ਕਰਵਾਉਂਦੇ ਹਨ। ਆਗਰੇ ਤੋਂ ਚੱਲੇ ਨੇ ਔਰ ਮੇਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਉੱਚੀਆਂ ਸ਼ਾਨਾਂ ਦਾ ਵਰਣਨ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਗੁਫਤਗੂ ਰਾਹੀਂ ਆਪਣੀ ਜ਼ਬਾਨ ਤੋਂ ਵਰਣਨ ਕਰਦੇ ਆ ਰਹੇ ਹਨ ਔਰ ਗਿਆਸੂਦੀਨ ਨੂੰ ਸਮਝਾਉਂਦੇ ਆ ਰਹੇ ਨੇ ਬਾਰ ਬਾਰ। ਛੱਡ ਦੁਨੀਆ ਦੀਆਂ ਪਾਤਸ਼ਾਹੀਆਂ, ਛੱਡ ਦੁਨੀਆ ਦੀਆਂ ਨੌਕਰੀਆਂ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਕੇ ਵੇਖ, ਤੈਨੂੰ ਲੋਕ ਪ੍ਰਲੋਕ ਦਾ ਆਨੰਦ, ਤੈਨੂੰ ਲੋਕ ਪ੍ਰਲੋਕ ਦੀਆਂ ਪਾਤਸ਼ਾਹੀਆਂ ਮਾਲਕ ਦੇ ਦਰ ਤੋਂ ਪ੍ਰਵਾਨ ਹੋਣਗੀਆਂ ਔਰ ਮਾਲਕ ਦੇ ਦਰ ਉੱਪਰ ਤੇਰਾ ਉੱਚਾ ਮਰਾਤਬਾ ਹੋਵੇਗਾ। ਲੋਕ ਪ੍ਰਲੋਕ ਦੀਆਂ ਪਾਤਸ਼ਾਹੀਆਂ ਨੂੰ ਪ੍ਰਾਪਤ ਕਰਕੇ ਤੂੰ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਨਜ਼ਾਰਾ ਵੇਖੇਗਾ ਔਰ ਬਾਰ ਬਾਰ ਸਮਝਾਉਂਦੇ ਆ ਰਹੇ ਨੇ। ਵੇਖ ਗਿਆਸੂਦੀਨ, ਦੁਨੀਆਂ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਤੇ ਇੱਕ ਪਾਸੇ ਰਹਿ ਗਈ, ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਾਜੇ ਨਿਵਾਜੇ ਮਹਾਂਪੁਰਖ ਨੇ ਉਹਨਾਂ ਮਹਾਂਪੁਰਖਾਂ ਦੀ ਜੇ ਨਦਰੇ ਕਰਮ ਕਿਸੇ ਵਿਅਕਤੀ ਦੇ ਉੱਪਰ ਪੈ ਜਾਵੇ ਉਹ ਕਣਕੇ ਨੂੰ ਸੂਰਜ ਬਣਾ ਦਿੰਦੇ ਹਨ। ਉਹ ਇੰਨੀ ਸਮਰੱਥਾ ਰੱਖਦੇ ਨੇ ਆਪਣੀ ਨਜ਼ਰੇ ਕਰਮ ਦੇ ਨਾਲ ਹੀ ਉਹ ਕਿਣਕੇ ਨੂੰ, ਜ਼ਰਰੇ ਨੂੰ ਉਹ ਸੂਰਜ ਬਣਾਉਣ ਦੀ ਸਮਰੱਥਾ ਰੱਖਦੇ ਹਨ। ਇੱਕ ਵਾਰੀ ਜਾ ਕੇ ਤਾਂ ਵੇਖ ਬਾਜਾਂ ਵਾਲੇ ਦੇ ਚਰਨਾਂ ਵਿੱਚ, ਪਤਾ ਲੱਗ ਜੂ ਵੀ ਬਾਜਾਂ ਵਾਲਾ ਸੱਚੇ ਪਾਤਸ਼ਾਹ ਕਿਹੜੀਆਂ ਰਹਿਮਤਾਂ ਦਾ ਮਾਲਕ ਹੈ, ਕਿੱਡੀਆਂ ਵੱਡੀਆਂ ਬਖਸ਼ਿੰਦਗੀਆਂ, ਕਿੱਡੀਆਂ ਉੱਚੀਆਂ ਸੁੱਚੀਆਂ ਸ਼ਾਨਾਂ ਨੇ ਮੇਰੇ ਮਾਲਕ ਦੇ ਦਰ ਦੀਆਂ। ਔਰ ਆਪ ਜੀ ਨੇ ਕੱਲ੍ਹ ਦੀ ਕਥਾ ਵਿੱਚ ਸਰਵਣ ਕੀਤਾ ਹੈ, ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਜੁੜਦੇ ਨੇ ਉਹ ਆਪਣੀ ਜ਼ਿੰਦਗੀ ਦਾ, ਆਪਣੇ ਸਰੀਰ ਦਾ ਮਕਸਦ ਔਰ ਉਸ ਮਕਸਦ ਦਾ ਜੋ ਓੜਕ ਦਾ ਮੋਤੀ ਪਰਮਾਨੰਦ ਹੈ ਉਸ ਪਰਮਾਨੰਦ ਨੂੰ ਪ੍ਰਾਪਤ ਕਰ ਲੈਂਦੇ ਨੇ। ਔਰ ਗੁਰੂ ਗੋਬਿੰਦ ਸਿੰਘ ਜੀ ਦਾ ਸਿਮਰਨ, ਗੁਰੂ ਗੋਬਿੰਦ ਸਿੰਘ ਦੀ ਯਾਦ ਜਿਹੜੇ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਮਹਾਂਪੁਰਖ ਨੇ ਉਹਨਾਂ ਦੀ ਜ਼ਬਾਨ ਤੋਂ ਪ੍ਰਾਪਤ ਹੁੰਦੀ ਹੈ। ਜਦੋਂ ਬ੍ਰਹਮ ਗਿਆਨੀ ਮਹਾਂਪੁਰਖ ਆਪਣੀ ਜ਼ਬਾਨ ਤੋਂ ਨਾਮਦਾਨ ਦਿੰਦੇ ਨੇ ਉਹ ਨਾਮਦਾਨ ਹਿਰਦੇ ਦੇ ਵਿੱਚ ਸਦਾ ਲਈ ਚੱਲ ਪੈਂਦਾ ਹੈ ਔਰ ਸਦਾ ਲਈ ਹਿਰਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਐਸਾ ਪ੍ਰਕਾਸ਼ ਹੋ ਜਾਂਦਾ ਹੈ, ਐਸੀਆਂ ਖੁਸ਼ੀਆਂ ਹੋ ਜਾਂਦੀਆਂ ਨੇ, ਐਸੇ ਖੀੜੇ ਹੋ ਜਾਂਦੇ ਹਨ। ਔਰ ਗਿਆਸੂਦੀਨ ਪੁੱਛਣ ਲੱਗਾ ਕਿ ਦੁਨੀਆ ਦੇ ਉੱਪਰ ਇੱਕ ਪਾਤਸ਼ਾਹੀ ਹੈ, ਇੱਕ ਫਕੀਰੀ ਹੈ, ਕੁਝ ਲੋਕ ਫਕੀਰੀ ਭੋਗਦੇ ਨੇ, ਕੁਝ ਲੋਕ ਬਾਦਸ਼ਾਹੀਆਂ ਭੋਗਦੇ ਨੇ, ਦੱਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੇ ਵਿੱਚ ਪਾਤਸ਼ਾਹੀ ਪ੍ਰਵਾਨ ਹੈ
ਜਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੇ ਵਿੱਚ ਫਕੀਰੀ ਪਰਿਵਾਰ ਨੇ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਜੋ ਉੱਤਰ ਦਿੱਤਾ ਹੈ, ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਦੇ ਨਾਲ ਉਚਾਰਨ ਕਰੀਏ ਔਰ ਉਸ ਉੱਤਰ ਨੂੰ ਸੁਣੀਏ। ਉਚਾਰਨ ਕਰੋ, ਸਤਨਾਮ ਸ਼੍ਰੀ ਵਾਹੇ ਸਾਹਿਬ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਾਰਸਾਈ ਬਿਹ ਕੇ ਬਾਹਰੇ ਹੱਕ ਬਵਦ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ, ਹੇ ਗਿਆਸੂਦੀਨ ਮੌਲਵੀ, ਫਕੀਰੀ ਉਹ ਚੰਗੀ ਹੈ ਜੋ ਫਕੀਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਹੋਵੇ। ਜਿਸ ਫਕੀਰੀ ਨੂੰ ਧਾਰਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਆਵੇ, ਉਹ ਫਕੀਰੀ ਦੁਨੀਆਂ ਦੇ ਉੱਪਰ ਚੰਗੀ ਹੈ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਘਰ ਵਿੱਚ ਪ੍ਰਵਾਨ ਹੈ। ਪਾਰਸਾਈ ਦਾ ਅਰਥ ਹੈ ਫਕੀਰੀ, ਕਿਉਂਕਿ ਪਾਰਸ ਈਰਾਨ ਦੇਸ਼ ਨੂੰ ਕਹਿੰਦੇ ਨੇ ਔਰ ਈਰਾਨ ਮੁਲਤਾਨ ਦੇ ਵਿੱਚ ਫਕੀਰਾਂ ਦਾ ਬਹੁਤ ਭਾਰੀ ਬੋਲਬਾਲਾ ਹੈ। ਇਸ ਵਾਸਤੇ ਪਾਰਸਾਈ ਦਾ ਅਰਥ ਹੈ ਫਕੀਰੀ। ਬੇਹ ਨਾਮ ਚੰਗੀ ਹੈ, ਇਹ ਨਾਮ ਜੋ ਹੱਕ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਬਹਿਰੇ ਵਾਸਤੇ ਬਵਦ ਮੈਨੇ ਹੁੰਦੀ ਹੋਵੇ। ਉਹ ਫਕੀਰੀ ਭਾਈ ਚੰਗੀ ਹੈ ਜੋ ਫਕੀਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਹੋਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਫਕੀਰੀ ਨੂੰ ਧਾਰਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਆਉਂਦੀ ਹੋਵੇ, ਦੁਨੀਆਂ ਦੇ ਉੱਪਰ ਇੱਕ ਉਹ ਵੀ ਫਕੀਰੀ ਹੈ। ਗੁਰੂ ਖਾਲਸਾ ਜੀ ਫਕੀਰਾਂ ਨਾਲ ਲਿਬਾਸ ਧਾਰ ਲੈਂਦੇ ਨੇ ਲੋਕ ਔਰ ਮੰਗਣ ਵਾਸਤੇ ਗਲੀਆਂ ਦੇ ਪਾਸੇ ਨੂੰ ਤੁਰ ਪੈਂਦੇ ਨੇ ਔਰ ਜੇ ਕੋਈ ਨਾ ਦੇਵੇ ਵਰਤਾਰਾ ਤਾਂ ਫਿਰ ਕਹਿੰਦੇ ਨੇ ਤੇਰਾ ਘਰ ਫਨਾ ਕਰ ਦੇਵਾਂਗੇ, ਜਾਂ ਵੀਰਵਾਰ ਦੇ ਦਿਨ ਕਿਸੇ ਦੇ ਸਿਰ ਉੱਪਰ ਆ ਕਰਕੇ ਐਂ ਗੁਰੂ ਖਾਲਸਾ ਜੀ ਨੱਚਦੇ ਨੇ ਜਿਵੇਂ ਭੂਤ ਨੇ ਨੱਚਦੇ ਹੋਣ। ਉਹਨਾਂ ਦੇ ਪ੍ਰਥਾਏ ਗੁਰਬਾਣੀ ਵਿੱਚ ਲਿਖਿਆ, ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਆਪਣੇ ਆਪ ਨੂੰ ਤੇ ਗੁਰੂ ਪੀਰ ਕਹਾਉਂਦੇ ਨੇ ਔਰ ਮੰਗਣ ਵਾਸਤੇ ਲੋਕਾਂ ਦੇ ਘਰਾਂ ਵਿੱਚ ਤੁਰੇ ਫਿਰਦੇ ਨੇ। ਇਹੋ ਜੇ ਗੁਰਪੀਰਾਂ ਦੇ ਫਕੀਰਾਂ ਦੇ ਭੁੱਲ ਕੇ ਵੀ ਪੈਰੀਂ ਹੱਥ ਨਹੀਂ ਲਾਉਣਾ ਚਾਹੀਦਾ। ਗੁਰੂ ਖਾਲਸਾ ਜੀ, ਫਕੀਰੀ ਉਹ ਚੰਗੀ ਹੈ ਜਿਸ ਫਕੀਰੀ ਨੂੰ ਧਾਰ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਪ੍ਰਾਪਤ ਹੋਵੇ। ਜੋ ਫਕੀਰੀ ਧਾਰੀਏ, ਉਹ ਫਕੀਰੀ ਧਾਰ ਕਰਕੇ ਜਰਰੇ ਜਰਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਤ ਪ੍ਰਾਪਤ ਹੋਵੇ, ਜੋ ਸਾਹਿਬ ਦੇ ਵਾਸਤੇ ਹੋਵੇ। ਭਾਈ ਉਹ ਫਕੀਰੀ ਚੰਗੀ ਹੈ, ਗੁਰੂ ਨਾਨਕ ਦੇ ਦਰ ਉੱਪਰ ਉਹ ਫਕੀਰੀ ਪ੍ਰਵਾਨ ਹੈ। ਬਾਦਸ਼ਾਹੀ ਚੇਸਤ ਕਾਨਾ ਹੱਕ ਬਵਦ। ਦੁਨੀਆਂ ਦੇ ਉੱਪਰ ਉਹ ਬਾਦਸ਼ਾਹੀ ਕਾਹਦੀ ਹੈ? ਜਿਸ ਬਾਦਸ਼ਾਹੀ ਨੂੰ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਹੀ ਭੁੱਲਦੀ ਹੋਵੇ, ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਾਪਤੀ ਨਾ ਹੁੰਦੀ ਹੋਵੇ, ਜਿਸ ਬਾਦਸ਼ਾਹੀ ਦੇ ਤਖ਼ਤ ਨੂੰ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਦਾ ਚੇਤਾ ਭੁੱਲ ਜਾਵੇ, ਉਹ ਬਾਦਸ਼ਾਹੀ ਕਾਹਦੀ ਹੈ?
ਉਹ ਬਾਦਸ਼ਾਹੀ ਭੋਗਣ ਦਾ ਕੋਈ ਵੱਡਾ ਫਾਇਦਾ ਨਹੀਂ ਹੈ। ਕੀ ਨਾਮ ਕਾਹਦੀ ਅਸਤ ਮੈਨੇ ਹੈ, ਕਾਂ ਦਾ ਅਰਥ ਹੈ ਕਿ ਆਂ, ਕਿ ਮੈਨੇ ਜਿਸ ਨੂੰ ਪ੍ਰਾਪਤ ਕਰਕੇ ਆਂ ਉਸ ਹੱਕ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾ ਮੈਨੇ ਨਾ ਪ੍ਰਾਪਤ ਬਵਦ ਮੈਨੇ ਹੋਵੇ, ਜਿਸ ਨੂੰ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਦਾ ਹੀ ਚੇਤਾ ਭੁੱਲ ਜਾਵੇ। ਕਹਿੰਦੇ ਮੌਲਵੀ ਉਹ ਬਾਦਸ਼ਾਹੀ ਕਾਹਦੀ ਹੈ, ਉਹ ਬਾਦਸ਼ਾਹੀ ਕਰਨ ਦਾ ਕੀ ਲਾਭ ਹੈ। ਹਰ ਦੋ ਮੁਸ਼ਤਾਕ ਕੰਧ ਰਿੰਦੋ ਪਾਰਸਾ, ਉਹ ਕਹਿਣ ਲੱਗਾ ਭਾਈ ਨੰਦ ਲਾਲ ਜੀ ਇਹ ਤੇ ਗੋਲ ਮੋਲ ਜਿਹਾ ਉੱਤਰ ਹੈ, ਦੱਸਿਆ ਨਹੀਂ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਤਸ਼ਾਹ ਵਾਲੇ ਲੋਕ ਪਾਤਸ਼ਾਹੀ ਪ੍ਰਵਾਨ ਹੈ ਜਾਂ ਫਕੀਰੀ ਪ੍ਰਵਾਨ ਹੈ। ਤਾਂ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਸੁਣ, ਕਹਿੰਦੇ ਪਰਮਾਨੰਦ ਰੂਪੀ ਮਿਸ਼ਰੀ ਹੈ, ਉਹਨੂੰ ਦੋਨੋਂ ਹੀ ਲੋਕ ਚਾਹੁੰਦੇ ਨੇ, ਪਾਰਸਾ ਫਕੀਰ ਵੀ ਚਾਹੁੰਦੇ ਨੇ, ਔਰ ਰਿੰਦ ਨਾਮ ਗਿਆਨੀ ਦਾ ਹੈ, ਜਾਣਕਾਰ ਦਾ ਹੈ। ਜਿਹੜੇ ਰਾਜਨੀਤੀ ਦੇ ਗਿਆਨੀ ਹੈ ਨਾ ਪਾਤਸ਼ਾਹ ਲੋਕ, ਬਾਦਸ਼ਾਹ ਲੋਕ, ਉਹ ਵੀ ਚਾਹੁੰਦੇ ਨੇ ਸਾਨੂੰ ਪਰਮਾਨੰਦ ਪ੍ਰਾਪਤ ਹੋਵੇ। ਦੁਨੀਆਂ ਦੇ ਉੱਪਰ ਕੌਣ ਚਾਹੁੰਦਾ ਹੈ ਕਿ ਥੋੜ੍ਹੀ ਜਿਹੀ ਖੁਸ਼ੀ ਦੇ ਪਾਲੇ ਆਉਣ ਫਿਰ ਦੁੱਖ ਆ ਜਾਵੇ? ਨਹੀਂ, ਸਾਰੇ ਚਾਹੁੰਦੇ ਨੇ ਆਵੇ ਤਾਂ ਇਹੋ ਜਿਹੀ ਖੁਸ਼ੀ ਆਵੇ ਜਿਹੜੀ ਕਦੇ ਜਾਵੇ ਹੀ ਨਾ, ਕਦੇ ਦੁੱਖ ਦਾ ਮੂੰਹ ਵੇਖੀਏ ਹੀ ਨਾ। ਉਹ ਖੁਸ਼ੀ ਨੂੰ ਗੁਰੂ ਖਾਲਸਾ ਜੀ ਪਰਮਾਨੰਦ ਕਹਿੰਦੇ ਨੇ। ਉਹ ਮਿਸ਼ਰੀ ਦੀ ਨਿਆਈ ਮਿੱਠਾ ਹੁੰਦਾ ਹੈ। ਕਹਿੰਦੇ ਦੁਨੀਆਂ ਦੇ ਉੱਪਰ ਜਿਹੜੇ ਰਿੰਦ ਰਿੰਦ ਮੈਨੇ ਗਿਆਨੀ, ਰਾਜਨੀਤੀ ਦੇ ਬੜੇ ਬੜੇ ਵੱਡੇ ਗਿਆਨੀ ਬਾਦਸ਼ਾਹ ਲੋਕ ਨੇ, ਔਰ ਪਾਰਸਾ ਫਕੀਰ ਲੋਕ ਨੇ, ਇਹ ਦੋਨੋਂ ਹੀ ਚਾਹੁੰਦੇ ਨੇ, ਮੁਸ਼ਤਾਕ ਮੈਨੇ ਚਾਹੁੰਦੇ ਨੇ ਪਰਮਾਨੰਦ ਰੂਪ ਮਿਸਰੀ ਨੂੰ ਪ੍ਰਾਪਤ ਕਰਨਾ, ਵੀ ਮੈਨੂੰ ਆਨੰਦ ਪ੍ਰਾਪਤ ਹੋ ਜਾਵੇ, ਮੈਨੂੰ ਪਰਮਾਨੰਦ ਪ੍ਰਾਪਤ ਹੋ ਜਾਵੇ। ਇਹ ਪਰਮਾਨੰਦ ਦੀ ਪ੍ਰਾਪਤੀ ਵਾਸਤੇ ਦੋਨਾਂ ਦੀ ਦੌੜ ਲੱਗੀ ਹੋਈ ਹੈ। ਤਾ ਕਿਹੇ ਰਾਖਵਾਹਦ ਖੁਦਾਏ ਕਿਬਰੀਆ, ਹਾਂ ਹੁਣ ਕਹਿੰਦੇ ਵੇਖੋ, ਹੁਣ ਤਾਂ ਵੇਖੋ ਕਿ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਜਿਹਨੂੰ ਤੇਰੀ ਕੁਰਾਨ ਦੇ ਵਿੱਚ ਖੁਦਾ ਲਿਖਿਆ ਹੈ, ਕਿਬਰੀਆ ਲਿਖਿਆ ਹੈ, ਉਹ ਖੁਦਾ ਕਿਹਨੂੰ ਚਾਹੁੰਦਾ ਹੈ? ਉਹ ਬਾਦਸ਼ਾਹ ਨੂੰ ਚਾਹ ਕੇ ਪਰਮਾਨੰਦ ਦਿੰਦਾ ਏ ਕਿ ਜਾਂ ਫਕੀਰ ਨੂੰ ਪਰਮਾਨੰਦ ਦਿੰਦਾ ਏ? ਤੇ ਉਹ ਮਾਲਕ ਦੇ ਹੱਥ ਹੈ, ਦੂਜੇ ਦੇ ਹੱਥ ਕੋਈ ਨਹੀਂ ਹੈ। ਮੈਂ ਕੀ ਦੱਸਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੇ ਵਿੱਚ ਫਕੀਰ ਪ੍ਰਵਾਨ ਹੈ ਕਿ ਬਾਦਸ਼ਾਹ ਪ੍ਰਵਾਨ ਹੈ? ਮੈਨੂੰ ਤਾਂ ਇਹਦਾ ਪਤਾ ਕੋਈ ਨਹੀਂ। ਮੈਨੂੰ ਤਾਂ ਇੰਨਾ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਹੈ ਕਿ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਿਹਨੂੰ ਚਾਹੁੰਦਾ ਹੈ, ਉਹ ਕਿਹਨੂੰ ਬਾਦਸ਼ਾਹੀ ਦੇਣੀ, ਕਿਹਨੂੰ ਪਰਮਾਨੰਦ ਦੇਣਾ ਚਾਹੁੰਦਾ ਹੈ, ਬਾਦਸ਼ਾਹ ਨੂੰ ਕਿ ਫਕੀਰ ਨੂੰ? ਖਾਹਦ ਨਾਮ ਚਾਹੁਣ ਦਾ, ਅਤੇ ਕਿਹੇ ਨਾਮ ਕਿਸ ਦਾ ਹੈ, ਜੋ ਦਾ ਹੈ, ਰਾਹ ਨਾਮ ਨੂੰ ਦਾ ਹੈ, ਕਿਹੇ ਰਾਹ ਦਾ ਅਰਥ ਹੈ ਕਿਸ ਨੂੰ, ਤਾਂ ਦਾ ਅਰਥ ਹੈ ਹੁਣ ਤਾਂ ਦੇਖੋ, ਤਾਂ ਤੇ ਬਿੰਦੀ ਆਵੇਗੀ, ਹੁਣ ਦੇਖੋ ਗੁਰੂ ਗੋਬਿੰਦ ਸਿੰਘ ਜੀ ਕਿਹਨੂੰ ਪਰਮਾਨੰਦ ਦਿੰਦੇ ਨੇ, ਇਹ ਤੇ ਉਹਨਾਂ ਦੇ ਹੱਥ ਵਿੱਚ ਹੈ। ਬੰਦਾ ਤਾਂ ਬਾਸ਼ਦ ਬਰਾਈ ਬੰਦਗੀ, ਹਾਂ ਉਹ ਕਹਿੰਦਾ ਨਹੀਂ ਭਾਈ ਨੰਦ ਲਾਲ ਜੀ ਮੇਰਾ ਉਹਨਾਂ ਕੋਈ ਨਿਸ਼ਚਾ ਨਹੀਂ ਹੋਇਆ ਇਸ ਗੱਲ 'ਤੇ,
ਕਿ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਬਾਦਸ਼ਾਹ ਪਾਉਂਦੇ ਨੇ ਕਿ ਮਹਾਰਾਜ ਦੇ ਘਰ ਦੇ ਵਿੱਚ ਫਕੀਰ ਪਾਉਂਦੇ ਨੇ, ਫਕੀਰ ਚੰਗੇ ਲੱਗਦੇ ਨੇ। ਤਾਂ ਭਾਈ ਆਨੰਦ ਲਾਲ ਸਾਹਿਬ ਜੀ ਕਹਿੰਦੇ, ਫਿਰ ਸੁਣ, ਬੰਦਾ ਤਾਂ ਉਹੀ ਹੁੰਦਾ ਹੈ। ਇੱਥੇ ਵੀ ਤਾਂ ਤੇ ਬਿੰਦੀ ਹੈ, ਤਾਂ ਮੈਨੇ ਤਾਂ, ਬੰਦਾ ਤਾਂ ਉਹੀ ਬਾਸ਼ਦ ਮੈਨੇ ਹੁੰਦਾ ਹੈ, ਬਰਾਏ ਬੰਦਗੀ ਜਿਸ ਨੇ ਆਪਣੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਵਾਸਤੇ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਕਰ ਦਿੱਤੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਬੰਦਾ ਅਤੇ ਬੰਦਗੀ ਇਹ ਦੋਨਾਂ ਲਫਜ਼ਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ। ਗੁਰਬਾਣੀ ਵਿੱਚ ਵੀ ਲਿਖਿਆ, ਬੰਦੋ ਬੰਦਗੀ ਗਹਿ। ਬੰਦਾ ਉਹੀ ਹੈ ਭਾਈ ਜਿਹੜਾ ਬੰਦਗੀ ਨੂੰ ਇਕੱਠਿਆਂ ਕਰਦਾ ਹੈ। ਕਹਿੰਦੇ ਬੰਦਾ ਤਾਂ ਉਹੀ ਹੁੰਦਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਵਾਸਤੇ ਆਪਣੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਕਮਲਾਂ ਦੇ ਉੱਪਰ ਸਮਰਪਿਤ ਕਰਦਾ ਹੈ। ਬੰਦਗੀ ਇਸਤ ਦਾ ਅਰਥ ਹੈ ਬੰਦਗੀ ਅਸਤ, ਅਸਤ ਮੈਨੇ ਹੈ ਅਤੇ ਬਰਾਏ ਮੈਨੇ ਵਾਸਤੇ। ਗੁਰੂ ਜੀ ਦੀ ਬੰਦਗੀ ਵਾਸਤੇ ਜਿਹੜਾ ਹਰ ਦਮ ਤਿਆਰ ਬਰ ਤਿਆਰ ਰਹਿੰਦਾ ਹੈ, ਭਾਈ ਮੇਰੀ ਨਿਗਾਹ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਉਹੀ ਹੈ। ਅਤੇ ਜਿਹੜਾ ਸੇਵਕ ਹੋਵੇ ਨਾ, ਉਹ ਮਾਲਕ ਨੂੰ ਭਾਉਂਦਾ ਹੈ। ਕੋਈ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਦੀ ਬੰਦਗੀ ਕਰ ਲਵੇ, ਸੱਚੇ ਪਾਤਸ਼ਾਹ ਜੀ ਉਹਨੂੰ ਆਪਣਾ ਸੇਵਕ ਬਣਾ ਲੈਂਦੇ ਨੇ। ਕੋਈ ਫਕੀਰ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਕਰ ਲਵੇ, ਸੱਚੇ ਪਾਤਸ਼ਾਹ ਜੀ ਉਹਦੇ ਸਿਰੇ ਉੱਪਰ ਮਿਹਰ ਭਰਿਆ ਹੱਥ ਰੱਖ ਦਿੰਦੇ ਨੇ। ਕਹਿੰਦੇ ਨਿਬੇੜਾ ਤੇ ਬੰਦਗੀ ਤੇ ਜਾ ਕੇ ਹੋਣਾ ਹੈ, ਇਹ ਲਿਬਾਸਾਂ ਦੇ ਉੱਪਰ ਨਿਬੇੜਾ ਨਹੀਂ। ਕੋਈ ਰਾਜ ਠਾਠ ਵਿੱਚ ਵਿਚਰੀ ਜਾਵੇ, ਕੋਈ ਫਕੀਰਾਨਾ ਲਿਬਾਸ ਵਿੱਚ ਵਿਚਰੀ ਜਾਵੇ, ਨਿਬੇੜਾ ਤੇ ਭਾਈ ਬੰਦਗੀ ਉੱਪਰ ਹੈ। ਸ਼ਰਮਿੰਦਗੀ ਹਾਂ, ਕਹਿੰਦੇ ਮੈਂ ਤੇ ਇੱਕੋ ਇੱਕ ਗੱਲ ਜਾਣੀ ਹੈ, ਸੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਅੱਖਰ ਤੋਂ ਬਿਨਾਂ ਜੋ ਕੁਝ ਵੀ ਹੈ, ਦੂਜੇ ਬੋਲ ਨੇ ਜਾਂ ਦੂਜੀਆਂ ਗੁਫਤਗੂਆਂ ਨੇ ਜਾਂ ਦੂਜੀਆਂ ਕਲਾਮਾਂ ਨੇ, ਜਿਹੜਾ ਉਹਨਾਂ ਕਲਾਮਾਂ ਨੂੰ, ਉਹਨਾਂ ਬੋਲਾਂ ਨੂੰ, ਉਹਨਾਂ ਗੁਫਤਗੂਆਂ ਨੂੰ ਪੜ੍ਹਦਾ ਹੈ, ਬੋਲਦਾ ਹੈ, ਹਮਹਾ ਸਭ ਕੁਝ ਸ਼ਰਮਿੰਦਗੀ ਮੈਨੇ, ਸ਼ਰਮਸਾਰ ਕਰਨ ਵਾਲੀਆਂ ਹੀ ਗੱਲਾਂ ਅਸਤ ਮੈਨੇ ਹੈਨ। ਇੱਕੋ ਇੱਕ ਗੱਲ ਹੈ ਸੱਚੀ ਓੜਕ ਦੀ, ਜਿਸ ਗੱਲ ਨੂੰ, ਜਿਨ੍ਹਾਂ ਹਰਫਾਂ ਨੂੰ ਪੜ੍ਹ ਕੇ ਬੰਦਾ ਦੋ ਜਹਾਨਾਂ ਦੇ ਵਿੱਚ ਰਾਜ ਕਰਦਾ ਹੈ, ਰਾਜ ਭੋਗਦਾ ਹੈ, ਦੋ ਜਹਾਨਾਂ ਦੀ ਖੁਸ਼ੀ ਪ੍ਰਾਪਤ ਕਰ ਲੈਂਦਾ ਹੈ, ਉਹ ਕੀ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਅੱਖਰ, ਧੰਨ ਗੁਰੂ ਗੋਬਿੰਦ ਸਿੰਘ। ਇੱਕੋ ਇੱਕੋ ਦੁਨੀਆਂ ਦੇ ਉੱਪਰ ਹਰਫ ਹੈ ਗੁਰੂ ਗੋਬਿੰਦ ਸਿੰਘ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਰਫ ਤੋਂ ਬਿਨਾਂ ਦੁਨੀਆਂ ਦੇ ਉੱਪਰ ਜੋ ਕੁਝ ਵੀ ਹੈ ਭਾਈ, ਉਹ ਸਾਰਾ ਕੁਝ ਸ਼ਰਮਸਾਰ ਕਰਨ ਵਾਲਾ ਹੈ। ਭਾਵੇਂ ਕੋਈ ਕੁਰਾਨ ਦੀਆਂ ਆਇਤਾਂ ਪੜ੍ਹੀ ਜਾਵੇ ਅਤੇ ਭਾਵੇਂ ਕੋਈ ਵੇਦਾਂ ਦੇ ਮੰਤਰ ਪੜ੍ਹੀ ਜਾਵੇ, ਜਿਹੜੇ ਵੇਦਾਂ ਦੇ ਮੰਤਰ, ਜਿਹੜੀਆਂ ਕੁਰਾਨਾਂ ਦੀਆਂ ਆਇਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਸਿੱਖਣੀਆਂ ਹਨ, ਉਹਨਾਂ ਨੂੰ ਪੜ੍ਹ ਕੇ ਕੁਛ ਨਹੀਂ ਉਹ ਮਿਲਦਾ, ਨਿਰੀ ਸ਼ਰਮਿੰਦਗੀ ਹੀ ਪੱਲੇ ਪੈਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਵੇਂ ਦੁਨੀਆਂ ਦੇ ਵਿੱਚ ਕੋਈ ਰਾਜਨੀਤੀ ਦੀਆਂ ਗੱਲਾਂ ਕਰੀ ਜਾਵੇ,
ਭਾਵੇਂ ਦੁਨੀਆਂ ਦੇ ਵਿੱਚ ਕੋਈ ਅਨਪੜ੍ਹਤਾ ਵਾਲੀਆਂ ਗੱਲਾਂ ਕਰੀ ਜਾਵੇ, ਜਿਨ੍ਹਾਂ ਗੱਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਨਹੀਂ ਨਾ ਆਉਂਦਾ, ਨਾਮ ਦੇ ਅੱਖਰ ਨਹੀਂ ਲਿਖੇ ਜਾਂਦੇ, ਜਿਸ ਗੱਲ ਵਿੱਚ ਇਹ ਅੱਖਰ ਨਹੀਂ ਆਉਂਦਾ ਗੋਬਿੰਦ, ਕਹਿੰਦੇ ਉਹਨਾਂ ਗੱਲਾਂ ਨੂੰ ਕਰਨਾ, ਭਾਵੇਂ ਉਹ ਗੱਲਾਂ ਰਾਜਨੀਤੀ ਦੀਆਂ ਹੋਣ ਅਤੇ ਭਾਵੇਂ ਨਿਪੜਤਾ ਵਾਲੀਆਂ ਹੋਣ, ਸਭ ਕੁਝ ਸ਼ਰਮਿੰਦਗੀ ਹੈ। ਸਾਰੀਆਂ ਗੱਲਾਂ ਸ਼ਰਮਿੰਦਗੀ ਨੂੰ ਹੀ ਦੇਣ ਵਾਲੀਆਂ ਹਨ, ਜਲਾਲਤ ਨੂੰ ਹੀ ਦੇਣ ਵਾਲੀਆਂ ਹਨ। ਇੱਕੋ ਇੱਕ ਗੱਲ ਹੈ ਦੁਨੀਆਂ 'ਤੇ ਓੜਕ ਦੀ, ਉਹ ਗੱਲ ਹੈ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਨਾਮ ਆਉਂਦਾ ਹੈ, ਜਿਸ ਗੱਲ ਵਿੱਚ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਆਉਂਦਾ ਹੈ, ਜਿਸ ਗੱਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਹਰਫੇ ਆਉਂਦੇ ਨੇ, ਉਹ ਗੱਲ ਪਾਵਨ ਹੈ। ਦੁਨੀਆਂ ਦੇ ਉੱਪਰ ਕੋਈ ਗੱਲ ਕਰ ਲਓ, ਜਿਸ ਗੱਲ ਦੇ ਵਿੱਚ ਗੱਗੇ ਅੱਖਰ ਦੀ ਵਰਤੋਂ ਹੈ, ਹਰਫ ਮਹਿਣੇ ਅੱਖਰ, ਜਿਸ ਗੱਲ ਵਿੱਚ ਗੱਗਾ ਅੱਖਰ ਆਉਂਦਾ ਹੈ, ਭਾਈ ਆਨੰਦ ਲਾਲ ਸਾਹਿਬ ਜੀ ਕਹਿੰਦੇ ਉਹੀ ਗੱਲ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ, ਉਹੋ ਹੀ ਨਾਮ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ, ਬਾਕੀ ਤਾਂ ਸਭ ਕੁਝ ਐਵੇਂ ਸ਼ਰਮਿੰਦਗੀ ਵਾਲੀਆਂ ਗੱਲਾਂ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਏਡਾ ਵੱਡਾ ਓੜਕ ਦਾ ਨਿਸ਼ਚਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਕਮਲਾਂ 'ਤੇ, ਧੰਨ ਨੇ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ, ਔਰ ਧੰਨ ਨੇ ਬਾਜਾਂ ਵਾਲੇ ਤਾਜਾਂ ਵਾਲੇ ਸ਼ਾਹੀ ਸ਼ਹਿਨ ਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਲੈ ਕੇ ਦਰ ਜ਼ਾਹਿਰ ਕਸੇ ਬਾਸ਼ਦ ਦਰੁਸਤ। ਹਾਂ, ਕਹਿੰਦੇ ਮੈਂ ਤੈਨੂੰ ਇੱਕੋ ਇੱਕ ਗੱਲ ਦੱਸਾਂ, ਲੇਕਿਨ ਦਰ ਜ਼ਾਹਿਰ ਮੈਨੇ ਪ੍ਰਤੱਖ, ਕਸੇ ਮੈਨੇ ਮਨੁੱਖ, ਬਾਸ਼ਦ ਮੈਨੇ ਹੁੰਦਾ ਏ, ਦਰੁਸਤ ਮੈਨੇ ਠੀਕ। ਕਸੇ ਦੇ ਦੋ ਮਤਲਬ ਹੁੰਦੇ ਨੇ, ਇੱਕ ਕਸੇ ਮੈਨੇ ਕੋਈ, ਇੱਕ ਕਸੇ ਦਾ ਮਹਿਣਾ ਹੁੰਦਾ ਏ ਮਨੁੱਖ। ਇਹ ਪ੍ਰਕਰਨ ਦੇ ਲਿਹਾਜ਼ ਨਾਲ ਅਰਥ ਦਾ ਗੁਰੂ ਖਾਲਸਾ ਜੀ ਟਿਕਾਓ ਹੁੰਦਾ ਹੈ। ਕਹਿੰਦੇ ਪਰੰਤੂ ਪ੍ਰਤੱਖ ਦੇ ਵਿੱਚ ਉਹੀ ਬੰਦਾ ਠੀਕ ਹੁੰਦਾ ਹੈ। ਕਿਹੜਾ ਬੰਦਾ ਠੀਕ ਹੁੰਦਾ ਹੈ ਤਾਂ ਅਗਲੀ ਤੁਕ ਰਾਹੀਂ ਦੱਸਦੇ ਹਨ। ਹਾਂ ਕਿ ਆਰਦ ਮੁਰਸ਼ਦ ਕਾਮਲ ਬਦਸਤ। ਉਹ ਮਨੁੱਖ ਠੀਕ ਹੁੰਦਾ ਹੈ ਜੋ ਲਿਆਉਂਦਾ ਹੈ ਹਿਰਦੇ ਰੂਪੀ ਹੱਥ ਦੇ ਵਿੱਚ ਪੂਰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੋ ਆਪਣੇ ਹਿਰਦੇ ਰੂਪੀ ਹੱਥ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼ ਫੜ ਕੇ ਲਿਆਉਂਦਾ ਹੈ, ਆਪਣੇ ਅੰਦਰ ਟਿਕਾਉਂਦਾ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਕੀ ਆਖਿਆ ਹੈ, ਮਹਾਰਾਜ ਕੀ ਸਮਝਾਉਣਾ ਚਾਹੁੰਦੇ ਨੇ। ਦੁਨੀਆਂ ਦੇ ਉੱਪਰ ਪੂਰੇ ਤੇ ਬੜੇ ਬਣੇ ਫਿਰਦੇ ਨੇ, ਸਾਰੇ ਕਹਿੰਦੇ ਨੇ ਮੈਂ ਠੀਕ ਹਾਂ ਮੈਂ ਠੀਕ ਹਾਂ। ਕਹਿੰਦੇ ਪਰੰਤੂ ਉਹ ਬੰਦਾ ਠੀਕ ਹੁੰਦਾ ਹੈ, ਦਰੁਸਤ ਹੁੰਦਾ ਹੈ, ਜਿਹੜਾ ਪੂਰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼, ਬਾ ਦਸਤ ਮੈਨੇ ਦਸਤ ਨਾਮ ਹੱਥ ਦਾ ਏ, ਬਾ ਮੈਨੇ ਵਿੱਚ ਹਿਰਦੇ ਰੂਪੀ ਹੱਥ ਦੇ ਵਿੱਚ ਆਰਦ ਮੈਨੇ ਲਿਆਉਂਦਾ ਕੇ ਮੈਨੇ ਜੋ ਆ ਮੈਨੇ ਉਹੀ ਮਨੁੱਖ ਭਾਈ ਠੀਕ ਹੁੰਦਾ ਹੈ ਰੱਬ ਦੀ ਦਰਗਾਹ ਦੇ ਵਿੱਚ, ਰੱਬ ਦੀਆਂ ਨਜ਼ਰਾਂ ਵਿੱਚ ਉਹੀ ਮਨੁੱਖ ਪ੍ਰਵਾਨ ਹੁੰਦਾ ਹੈ। ਦੀਨ ਦੁਨੀਆ ਹਰ ਦੂ ਫਰਮਾਨਦਾਰੇਉ। ਇਹ ਮੌਲਵੀ ਤੈਨੂੰ ਇੱਕ ਮੈਂ ਸਿੱਕੇ ਦੀ ਗੱਲ ਦੱਸਦਾ ਹਾਂ,
ਦੁਨੀਆ ਦੇ ਉੱਪਰ ਕੁਛ ਲੋਕ ਤੇ ਇਹੋ ਜਿਹੇ ਨੇ ਜਿਹੜੇ ਦੀਨ ਧਰਮ ਨੂੰ ਕਮਾਉਂਦੇ ਨੇ, ਔਰ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਦੁਨੀਆਦਾਰੀ ਦੇ ਵਿੱਚ ਪਚੇ ਹੋਏ ਨੇ। ਕਹਿੰਦੇ ਦੁਨੀਆ ਦੇ ਉੱਪਰ ਜਿਹੜੇ ਦੀਨਦਾਰ ਲੋਕ ਨੇ ਔਰ ਦੁਨੀਆ ਦੇ ਉੱਪਰ ਜਿਹੜੇ ਦੁਨੀਆਦਾਰ ਲੋਕ ਨੇ, ਸਾਰੇ ਹੀ ਉਸ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਤਾਬਿਆ ਵਿੱਚ ਟਿਕੇ ਹੋਏ ਨੇ, ਉਹਦੀ ਫਰਮਾਨਦਾਰੀ ਨੂੰ ਮੰਨਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਰਮਾਨ ਦਾ ਅਰਥ ਹੈ ਹੁਕਮ, ਤੇ ਦਾਰ ਦਾ ਅਰਥ ਹੈ ਰੱਖਣ ਵਾਲਾ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨੂੰ ਆਪਣੇ ਮਨ ਵਿੱਚ ਟਿਕਾ ਕੇ ਰੱਖੇ ਉਹਨੂੰ ਕਹਿੰਦੇ ਫਰਮਾਨਦਾਰ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨੂੰ ਜਿਹੜਾ ਮੰਨੇ ਭਾਵ ਆਗਿਆਕਾਰ ਦਾ ਹੈ। ਕਹਿੰਦੇ ਦੁਨੀਆ ਦੇ ਉੱਪਰ ਭਾਵੇਂ ਕੋਈ ਦੀਨਦਾਰ ਹੈ ਭਾਵੇਂ ਕੋਈ ਦੁਨੀਆਦਾਰ ਹੈ, ਦੋਨੋਂ ਹੀ ਗੁਰੂ ਉਸ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਤਾਬਿਆ ਵਿੱਚ ਹਨ। ਉਹ ਗਿਆਸੂਦੀਨਾ ਮੌਲਵੀਆ ਭੁੱਲਿਆ ਨਾ ਰਵੀ, ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਤੋਂ ਕੁਝ ਵੀ ਬਾਹਰਾ ਨਹੀਂ, ਸਾਰੇ ਹੀ ਸੱਚੇ ਪਾਤਸ਼ਾਹ ਜੀ ਦੀ ਆਗਿਆ ਤਾਬਿਆ ਵਿੱਚ ਵਿਚਰਦੇ ਪਏ ਹਨ। ਹਰ ਦੁਆਲਮ ਸ਼ਾਏ ਕੇ ਦੇਦਾਰਿਓ। ਹਾਂ, ਤੂੰ ਦੀਨਦਾਰ ਤੇ ਦੁਨੀਆਦਾਰਾਂ ਦੀ ਗੱਲ ਦੇ ਵਿੱਚ ਹੀ ਨਾ ਪਿਆ ਰਵੀ। ਇੱਕ ਸਿੱਕੇ ਦੀ ਗੱਲ ਤੈਨੂੰ ਮੈਂ ਹੋਰ ਦੱਸ ਦਵਾਂ। ਦੁਨੀਆ ਦੇ ਉੱਪਰ ਜਿਹੜੇ ਦੋ ਲੋਕ ਨੇ ਨਾ, ਲੋਕ ਤੇ ਪਰਲੋਕ, ਇਹ ਵੀ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਨੂੰ ਚਾਹੁੰਦੇ ਨੇ, ਸਾਇਕ ਨਾਮ ਚਾਹੁਣ ਦਾ ਹੈ। ਉਸ ਗੁਰੂ ਗੋਬਿੰਦ ਸਿੰਘ ਜੀ ਦਾ ਦੀਦਾਰ ਮੰਗਦੇ ਨੇ, ਭਾਵੇਂ ਇਸ ਲੋਕ ਦੇ ਵਿੱਚ ਧਰਮੀ ਲੋਕ ਨੇ ਭਾਵੇਂ ਪਰਲੋਕ ਵਿੱਚ ਦੇਵਤੇ ਆਦਿਕ ਨੇ, ਸਾਰੇ ਚਾਹੁੰਦੇ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਹੋਵੇ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਨਾਲ ਉਹ ਆਪਣੇ ਆਪ ਨੂੰ ਪਾਵਨ ਗਿਣਦੇ ਨੇ, ਆਪਣੇ ਆਪ ਨੂੰ ਸਫਲਿਆਂ ਗਿਣਦੇ ਹਨ। ਹਰ ਕੇਰਾ ਉਲਫਤ ਜੇ ਨਾਮੇ ਹੱਕ ਬਵਦ। ਹਾਂ, ਕਹਿੰਦੇ ਜਿਸ ਕਿਸੇ ਨੇ ਦੁਨੀਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਨਾਮ ਦੇ ਨਾਲ ਪਿਆਰ ਕੀਤਾ ਹੈ, ਜੋ ਵੀ ਮਹਾਰਾਜ ਸਾਹਿਬ ਜੀ ਦੇ ਪਿਆਰ ਦੇ ਰੰਗ ਵਿੱਚ ਭਾਈ ਰੰਗਿਆ ਗਿਆ ਹੈ, ਹਰ ਕਿਰਾ ਮੈਨੇ ਜਿਸ ਕਿਸੇ ਨੇ, ਹਰ ਮੈਨੇ ਹਰੇਕ ਕੇ ਮੈਨੇ ਜਿਸ, ਅਤੇ ਕਿਸੇ ਆਪਣੇ ਕੋਲੋਂ ਗਿਣ ਲੈਣਾ, ਅਤੇ ਰਾਹ ਦਾ ਅਰਥ ਹੈ ਦਾ, ਹਰੇਕ ਜਿਸ ਕਿਸੇ ਦਾ ਮਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਵਿੱਚ ਜੇ ਮੈਨੇ ਵਿੱਚ ਉਲਫਤ ਨਾਮ ਪਿਆਰ ਦਾ ਹੈ, ਜਿਸ ਕਿਸੇ ਦਾ ਮਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਪਿਆਰ ਵਿੱਚ ਭਾਈ ਰੰਗਿਆ ਹੋਇਆ ਹੈ, ਰੰਗਿਆ ਗਿਆ ਹੈ। ਦਰ ਹਕੀਕਤ ਆਰਫੇ ਮੁਤਲਕ ਬਵਦ। ਹਾਂ, ਦੁਨੀਆ ਦੇ ਵਿੱਚ ਦਰ ਹਕੀਕਤ ਮੈਨੇ ਅਸਲ ਵਿੱਚ ਉਹ ਬ੍ਰਹਮ ਗਿਆਨੀ ਬਵਦ ਮੈਨੇ ਹੋ ਜਾਂਦਾ ਹੈ। ਜਿਸ ਕਿਸੇ ਮਨੁੱਖ ਨੇ ਆਪਣੇ ਦਿਲ ਦਾ ਪਿਆਰ ਗੁਰੂ ਗੋਬਿੰਦ ਸਿੰਘ ਜੀ ਦੇ ਸਿਮਰਨ ਦੇ ਵਿੱਚ ਲਗਾਉਣਾ ਕੀਤਾ ਹੈ, ਜਾਂ ਇੱਥੋਂ ਨਾਮੇ ਹੱਕ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਵਿੱਚ ਜਿਸ ਕਿਸੇ ਨੇ ਆਪਣੇ ਦਿਲ ਦਾ ਪ੍ਰੇਮ ਭਾਈ ਲਗਾਉਣਾ ਕੀਤਾ ਹੈ,
ਉਲਫਤ ਨਾਮ ਪ੍ਰੇਮ ਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਨਾਮ ਦੇ ਵਿੱਚ ਜੋ ਦਿਲੋਂ ਪਿਆਰ ਕਰਕੇ ਭਾਈ ਰੰਗਿਆ ਗਿਆ ਹੈ, ਉਹ ਦੁਨੀਆਂ ਦੇ ਵਿੱਚ ਵੱਡਾ ਗਿਆਨੀ ਬ੍ਰਹਮ ਗਿਆਨੀ ਹੋ ਜਾਂਦਾ ਹੈ। ਉਹ ਮੁਤਲਕ ਕਿਸੇ ਦੀ ਪਰਵਾਹ ਨਹੀਂ ਕਰਦਾ, ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾ। ਐਸੀ ਅਵਸਥਾ ਨੂੰ ਭਾਈ ਉਹ ਪ੍ਰਾਪਤ ਹੋ ਜਾਂਦਾ ਹੈ ਜਿਸ ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਨਾਮ ਦੇ ਵਿੱਚ ਆਪਣੇ ਦਿਲ ਨੂੰ ਰੰਗਣਾ ਕੀਤਾ ਹੈ। ਯਾਦ ਹਾਕਰਾ ਤਾਲ ਬੇ ਊ ਮੇ ਕੁਨੰਦ, ਕਹਿੰਦੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਬ੍ਰਹਮ ਗਿਆਨੀ ਹੋ ਗਏ ਹਨ, ਉਹ ਹਮੇਸ਼ਾ ਹੀ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਜ਼ਿਕਰ ਨੂੰ ਤਾਲਬ ਨਾਮ ਚਾਹੁਣਾ ਆਨੰਦ ਮਹਿਣੇ ਕਰਦੇ ਹਨ। ਉਹ ਹਮੇਸ਼ਾ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪਿਆਰ ਨੂੰ ਆਪਣੇ ਹਿਰਦੇ ਵਿੱਚ ਚਾਹੁਣਾ ਕਰਦੇ ਹਨ। ਆਰਫੇ ਹੱਕ ਜੁਮਲਾ ਨੇਕੋ ਮੇ ਕੁਨੰਦ, ਹਾਂ ਕਹਿੰਦੇ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਵਾਜੇ ਐਸੇ ਬ੍ਰਹਮ ਗਿਆਨੀ ਹੋ ਜਾਂਦੇ ਨੇ। ਜੁਮਲਾ ਮੈਨੇ ਸਾਰਿਆਂ ਦਾ, ਨੇਕੋ ਮੈਨੇ ਨੇਕ, ਉਹ ਮੈਨੇ ਉਹ, ਨੇਕ ਮੈਨੇ ਭਲਾ ਕਰਦੇ ਨੇ, ਕੁਨੰਦ ਮੈਨੇ ਕਰਦੇ ਨੇ। ਹਰ ਕਿਰਾ ਉਲਫਤ ਸੇ ਨਾਮੇ ਹੱਕ ਬਵਦ, ਜਿਸ ਕਿਸੇ ਮਨੁੱਖ ਦਾ ਪ੍ਰੇਮ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਨਾਮ ਦੇ ਨਾਲ, ਜੇ ਮੈਨੇ ਨਾਲ ਸੱਚੇ ਨਾਮ ਦੇ ਨਾਲ ਬਵਦ ਮੈਨੇ ਹੋ ਜਾਂਦਾ ਹੈ, ਜਿਹਦੀ ਦਿਲੋਂ ਮੁਹੱਬਤ ਹੋ ਜਾਂਦੀ ਹੈ ਗੋਬਿੰਦ ਦੇ ਨਾਮ ਨਾਲ, ਗੋਬਿੰਦ ਦੇ ਅੱਖਰਾਂ ਨਾਲ, ਉਹ ਹਕੀਕਤ ਦੇ ਵਿੱਚ ਭਾਈ ਗਿਆਨੀ ਹੋ ਜਾਂਦਾ ਹੈ, ਬ੍ਰਹਮ ਗਿਆਨੀ ਹੋ ਜਾਂਦਾ ਹੈ। ਔਰ ਗਿਆਨੀ ਬ੍ਰਹਮ ਗਿਆਨੀ ਵੀ ਇਹੋ ਜਿਹਾ ਹੁੰਦਾ, ਉਹਨੂੰ ਸੰਸਾਰ ਦੇ ਵਿੱਚ ਫਿਰ ਕਿਸੇ ਦੀ ਪਰਵਾਹ ਨਹੀਂ ਰਹਿੰਦੀ ਕੋਈ, ਔਰ ਉਹ ਹਮੇਸ਼ਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਚਾਹੁੰਦਾ ਰਹਿੰਦਾ ਹੈ। ਜਿਹੜਾ ਕੋਈ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਸਿਮਰਨ ਵਿੱਚ ਜੁੜਦਾ ਹੈ, ਉਹ ਇੱਕ ਨਹੀਂ ਉਹ ਕਈ ਮਹਾਂਪੁਰਖ, ਕੁਨੰਦ ਇੱਕ ਵਚਨ ਹੈ, ਕੁਨੰਦ ਬਹੁ ਵਚਨ ਹੈ, ਉਹ ਚਾਹੁੰਦੇ ਰਹਿੰਦੇ ਹਨ। ਕਈ ਇਹੋ ਜਿਹੇ ਨੇ ਜਿਨ੍ਹਾਂ ਦਾ ਪਿਆਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਲੱਗਾ ਹੈ, ਉਹ ਹਮੇਸ਼ਾ ਹੀ ਭਾਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਜ਼ਿਕਰ ਨੂੰ, ਸਾਹਿਬ ਜੀ ਦੀ ਯਾਦ ਨੂੰ ਚਾਹੁਣਾ ਕਰਦੇ ਨੇ। ਔਰ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਇਹੋ ਜਿਹੇ ਸੱਚੇ ਬ੍ਰਹਮ ਗਿਆਨੀ ਹੁੰਦੇ ਨੇ, ਉਹ ਸਾਰਿਆਂ ਦਾ ਭਲਾ ਚਾਹੁੰਦੇ ਨੇ, ਭਲਾ ਕਰਦੇ ਨੇ, ਕਿਸੇ ਦਾ ਭਾਈ ਉਹ ਬੁਰਾ ਨਹੀਂ ਕਰਦੇ। ਹੱਕ ਹਮਾ ਬਾਸ਼ਦ ਕੇ ਬਾਸ਼ੀ ਬੰਦਾ ਏ, ਹਾਂ ਅਸਲ ਦੇ ਵਿੱਚ ਸੱਚਾ ਉਹ ਹੁੰਦਾ ਹੈ। ਚੱਲਿਆ ਸੀ ਨਾ ਪ੍ਰਕਰਨ, ਲੈ ਕੇ ਦਰ ਜ਼ਾਹਰ ਕਸੇ ਬਾਸ਼ਦ ਦਰੁਸਤ, ਕਿ ਸੱਚਾ ਕੌਣ ਹੈ, ਕਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਦਾਰੇ ਉੱਪਰ ਪ੍ਰਵਾਨ ਹੈ, ਫਕੀਰ ਹੈ ਪ੍ਰਵਾਨ ਹੈ ਕਿ ਬਾਦਸ਼ਾਹ ਪ੍ਰਵਾਨ ਹੈ, ਕਿਹੜਾ ਸੱਚਾ ਹੈ ਸਾਹਿਬ ਦੇ ਦਾਰੇ ਉੱਪਰ। ਤਾਂ ਉਹ ਕਹਿੰਦੇ ਸਨ, ਪਰੰਤੂ ਉਹ ਸੱਚਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ, ਜਿਹੜਾ ਗੁਰਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਰੂਪ ਹੱਥ ਵਿੱਚ ਟਿਕਾਉਂਦਾ ਹੈ। ਔਰ ਕਹਿੰਦੇ ਜਿਹਦਾ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਪਿਆਰ ਹੋ ਜਾਂਦਾ ਹੈ,
ਉਹ ਦੁਨੀਆ ਦਾ ਗਿਆਨੀ ਹੁੰਦਾ ਹੈ। ਔਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਪਿਆਰ ਕਰਦਾ ਹੈ ਨਾ, ਉਹੀ ਬੰਦਾ ਸੱਚਾ ਹੁੰਦਾ ਹੈ। ਹਮ ਆ ਮੈਨੇ ਉਹੀ ਹੱਕ ਮੈਨੇ ਸੱਚਾ ਬਾਸ਼ਿਦ ਮੈਨੇ ਹੁੰਦਾ ਹੈ, ਉਹੀ ਸੱਚਾ ਹੁੰਦਾ ਹੈ ਭਾਈ। ਇਸ ਲਈ ਬਾਸ਼ੀ ਮੈਨੇ ਤੂੰ ਵੀ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਸੱਚਾ ਬੰਦਾ, ਤੂੰ ਵੀ ਬੰਦਾ ਬਣਨਾ ਕਰ, ਸੇਵਕ ਬਣਨਾ ਕਰ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਸੱਚਾ ਤੇ ਸੁੱਚਾ। ਬੇਅਦਬ ਦਾਇਮ ਸੇ ਹੱਕ ਸ਼ਰਮਿੰਦਾਏ। ਹਾਂ ਤਾਂ ਗਿਆਸੂਦੀਨਾ ਜਿਹੜੀ ਤੂੰ ਬੇਅਦਬੀ ਕੀਤੀ ਆ ਨਾ ਗੁਰੂ ਗੋਬਿੰਦ ਸਿੰਘ ਜੀ ਦੀ, ਉਸ ਬੇਅਦਬੀ ਤੋਂ ਤੂੰ ਮੁਕਤ ਹੋ ਜਾਵੇਂਗਾ। ਅਤੇ ਜੇ ਤੂੰ ਬੰਦਾ ਨਾ ਬਣਿਆ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ, ਅਤੇ ਹਮੇਸ਼ਾ ਹੀ ਜੋ ਤੂੰ ਮੈਨੂੰ ਬੋਲਾਂ ਨਾਲ ਕਹਿੰਦਾ ਰਿਹਾ, ਕੀ ਮਿਲਣਾ ਗੁਰੂ ਗੋਬਿੰਦ ਸਿੰਘ ਦੀ ਸਭਾ 'ਚੋਂ? ਸਾਹਿਬ ਤਾਂ ਆਪ ਕੰਗਾਲ ਨੇ, ਇਹੋ ਜਿਹੜੇ ਤੂੰ ਬੇਅਦਬੀ ਵਾਲੇ ਲਫਜ਼ ਬੋਲੇ ਆ ਨਾ, ਹੱਕ ਗੁਰੂ ਗੋਬਿੰਦ ਸਿੰਘ ਜੀ ਦੀ ਉੱਚੀ ਸ਼ਾਨ ਦੇ ਮੁਤਲਕ, ਉੱਚੀ ਸ਼ਾਨ ਦੇ ਬਾਬਤ ਉਹਨਾਂ ਬਚਨਾਂ ਕਰਕੇ ਦਾਇਮ ਹਮੇਸ਼ਾ ਹੀ ਤੈਨੂੰ ਸ਼ਰਮਿੰਦਾ ਏ, ਸ਼ਰਮਿੰਦਗੀ ਸਹਾਰਨੀ ਪਵੇਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਮੇਸ਼ਾ ਹੀ ਤੂੰ ਸ਼ਰਮਿੰਦਾ ਹੋਵੇਂਗਾ, ਕਿਉਂਕਿ ਤੂੰ ਬਚਨ ਬੋਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਵਾਲੇ, ਉਹ ਬਚਨ ਤੈਨੂੰ ਜਲਾਲਤ ਦੇ ਨਾਲ ਭਰਨਗੇ, ਤੈਨੂੰ ਸ਼ਰਮਿੰਦਿਆ ਕਰਨਗੇ। ਗਿਆਸੂਦੀਨਾ ਉਮਰ ਆਮ ਬਾਸ਼ਦ ਕੇ ਉਦਾਰੀ ਯਾਦ ਰਫਤ। ਉਮਰ ਉਹੀ ਅੱਛੀ ਹੁੰਦੀ ਹੈ, ਆਮ ਮੈਨੇ ਉਹੀ ਬਾਸ਼ਦ ਮੈਨੇ ਹੁੰਦੀ ਹੈ। ਗਿਆਸੂਦੀਨਾ ਉਮਰ ਉਹੀ ਚੰਗੀ ਹੁੰਦੀ ਹੈ ਕਿ ਉਹ ਦਰ ਯਾਦ ਰਫਤ, ਉਹ ਮੈਨੇ ਉਹ ਦਰ ਮੈਨੇ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਗੁਜ਼ਰ ਜਾਵੇ, ਰਫਤ ਮੈਨੇ ਲੰਘ ਜਾਵੇ, ਬਤੀਤ ਜਾਵੇ, ਚਲੀ ਜਾਵੇ। ਜਦੋਂ ਗੁਰੂ ਗੋਬਿੰਦ ਸਿੰਘ ਦੀ ਯਾਦ ਨਹੀਂ ਨਾ ਆਉਂਦੀ, ਉਹ ਉਮਰ ਬਰਬਾਦ ਹੋ ਜਾਂਦੀ ਹੈ, ਉਹ ਐਵੇਂ ਗਵਾਚ ਜਾਂਦੀ ਹੈ। ਜਿਹੜੇ ਸਵਾਸ, ਜਿਹੜੀ ਉਮਰ ਗੁਰੂ ਗੋਬਿੰਦ ਸਿੰਘ ਦੀ ਯਾਦ ਤੋਂ ਬਿਨਾਂ ਗੁਜ਼ਰਦੀ ਹੈ। ਉਮਰ ਨਬੂਦ ਮਾਂ ਕੇ ਬਰਬਾਦ ਰਫਤ। ਉਹ ਗਿਆਸੂਦੀਨਾ ਮਾਂ ਸਾਡੀ ਉਹ ਉਮਰ ਨਹੀਂ ਸੀ ਚੰਗੀ, ਉਹ ਤੇ ਬਰਬਾਦੀ ਵਿੱਚ ਹੀ ਐਵੇਂ ਬੇਅਰਥੀ ਰਫਤ ਮੈਨੇ ਗੁਜ਼ਰ ਗਈ, ਲੰਘ ਗਈ। ਜਿਸ ਉਮਰ ਵਿੱਚ ਹੀ ਆਪਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਨਹੀਂ ਜਪਿਆ, ਸ਼ਾਹੀ ਨੌਕਰੀਆਂ ਕੀਤੀਆਂ, ਜਦੋਂ ਆਪਾਂ ਸੋਹਲੇ ਗਾਉਂਦੇ ਰਹੇ ਨਾ ਰਾਜਿਆਂ ਦੇ, ਉਹਨਾਂ ਦੀ ਖੁਸ਼ੀ ਵਾਸਤੇ ਉਹਨਾਂ ਦੀਆਂ ਖੁਸ਼ਾਮਦੀਆਂ ਕਰਦੇ ਰਹੇ, ਉਹ ਉਮਰ ਮਾਂ ਮੈਨੇ ਸਾਡੀ, ਤੇਰੀ ਅਤੇ ਮੇਰੀ ਨਾ ਬੂਦ ਨਹੀਂ ਸੀ ਚੰਗੀ, ਬੂਦ ਮੈਨੇ ਸੀ ਕਿ ਜੋ ਬਰਬਾਦ ਮੈਨੇ ਬੇਅਰਥੀ ਰਫਤ ਮੈਨੇ ਗੁਜ਼ਰ ਗਈ ਗੁਰੂ ਗੋਬਿੰਦ ਸਿੰਘ ਦੇ ਨਾਮ ਤੋਂ ਬਿਨਾਂ। ਆਓ ਗਿਆਸੂਦੀਨਾ ਹੁਣੀ ਅੱਗਾ ਸਵਾਰ ਲਈਏ, ਉਹ ਚੱਲ ਵੋ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਦਾ ਨਾਮ ਜਪ, ਤੇਰਾ ਅੱਗਾ ਸੌਰ ਜਾਵੇਗਾ। ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ। ਉਹ ਗਿਆਸੂਦੀਨਾ ਤੈਨੂੰ ਟਿੱਕੇ ਦੀ ਗੱਲ ਦੱਸਾਂ, ਦੁਨੀਆ ਦੇ ਉੱਪਰ ਰੱਬ ਨੇ ਬੰਦਾ ਬੰਦਗੀ ਵਾਸਤੇ ਪੈਦਾ ਕੀਤਾ ਹੋਇਆ ਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਮ ਪੰਜਾਬੀ ਦਾ ਕੌਲ ਹੈ, ਬੰਦਾ ਬਣ ਜਾ ਬੰਦਾ,
ਬੰਦੇ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਦੀ ਰੱਬ ਦੀ ਬੰਦਗੀ ਕਰਨ ਲੱਗ ਪਾ। ਜੇ ਤੂੰ ਬੰਦਗੀ ਨਹੀਂ ਨਾ ਕਰਦਾ ਫਿਰ ਤੂੰ ਬੰਦਾ ਹੀ ਨਹੀਂ ਹੈ। ਬੰਦੇ ਦਾ ਮਤਲਬ ਹੀ ਬੰਦਗੀ ਹੈ। ਰੱਬ ਨੇ ਬੰਦਾ ਬੰਦਗੀ ਦੇ ਬਰਾਏ ਕਹੀਏ ਵਾਸਤੇ ਪੈਦਾ ਕੀਤਾ, ਸ਼ੁੱਧ ਮੈਨੇ ਹੋਇਆ। ਰੱਬ ਨੇ ਬੰਦਗੀ ਦੇ ਵਾਸਤੇ ਬੰਦਾ ਪੈਦਾ ਕੀਤਾ ਹੋਇਆ ਹੈ। ਖੁਸ਼ ਇਲਾਜ਼ੇ ਹਸਤ ਬਹਿਰੇ ਜ਼ਿੰਦਗੀ, ਜ਼ਿੰਦਗੀ ਦੇ ਵਾਸਤੇ ਹੀ ਇੱਕ ਉੱਤਮ ਇਲਾਜ ਹੈ ਸਾਰੇ ਦੁੱਖਾਂ ਦਾ। ਖੁਸ਼ ਮੈਨੇ ਉੱਤਮ ਚੰਗਾ ਇਲਾਜ ਹਸਤ ਮੈਨੇ ਹੈ। ਜ਼ਿੰਦਗੀ ਦੇ ਵਾਸਤੇ ਇੱਕੋ ਇੱਕ ਇਲਾਜ ਹੈ, ਉਹ ਕੀ ਹੈ? ਆਪਣੀ ਰਸਨਾ ਤੋਂ ਉਚਾਰੀਏ, ਧਨ 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 ਗੁਰੂ ਗੋਬਿੰਦ ਸਿੰਘ ਜੀ ਧਨ, ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਬਸ ਇਹੀ ਇੱਕੋ ਇੱਕ ਚੰਗਾ ਇਲਾਜ ਹੈ, ਮਹਾਰਾਜ ਦੀ ਯਾਦ, ਮਹਾਰਾਜ ਦਾ ਸਿਮਰਨ। ਐ ਖੁਸ਼ਾ ਚਸ਼ਮੇ ਕੇ ਦੀ ਦਹਰੂ, ਐ ਗਿਆਸੂ ਦੀਨ ਉਹੀ ਚਸ਼ਮੇ ਨੇਤਰ ਖੁਸ਼ਾ ਚੰਗੇ ਹੁੰਦੇ ਨੇ ਜਿਹਨਾਂ ਨੇਤਰਾਂ ਦੇ ਨਾਲ ਕਿ ਮੈਨੇ ਜਿਹਨਾਂ ਨੇਤਰਾਂ ਦੇ ਨਾਲ ਉਹ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਰੂਏ ਚਿਹਰੇ ਦਾ, ਰੂਏ ਊ ਇਹ ਇਜ਼ਾਫਤ ਹੈ, ਰੂਹ ਮੈਨੇ ਹੁੰਦਾ ਚਿਹਰਾ, ਉਸ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਦਾ ਦੀਦਾ ਦੀਦਾਰ ਪ੍ਰਾਪਤ ਹੋ ਜਾਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਨੇਤਰ ਚੰਗੇ ਨੇ ਭਾਈ, ਜਿਨ੍ਹਾਂ ਨੇਤਰਾਂ ਨਾਲ ਸੰਸਾਰ ਦਿਖਦਾ ਹੈ ਨਾ, ਇਹੋ ਵਿਸ ਸੰਸਾਰ ਤੁਮ ਦੇਖਦੇ, ਵਿਸ ਭਰਿਆ ਵਿਸ ਗੰਧਲਾਂ ਵਰਗਾ ਸੰਸਾਰ ਦਿਸਦਾ, ਉਹ ਨੇਤਰ ਨਹੀਂ ਚੰਗੇ, ਇਹੋ ਹਰ ਕਾ ਰੂਪ ਹੈ। ਜਿਨ੍ਹਾਂ ਨੇਤਰਾਂ ਨਾਲ ਸੰਸਾਰ ਵਿੱਚ ਬੈਠਾ ਗੁਰੂ ਗੋਬਿੰਦ ਸਿੰਘ ਦੀਦਾ ਏ, ਉਹ ਨੇਤਰ ਭਾਈ ਚੰਗੇ ਹੁੰਦੇ ਹਨ। ਬੰਦਗੀ ਆਛ ਜੁਮਲਾ ਮਕਬੂਲੋ ਨਿਕੂ, ਹਾਂ ਕਹਿੰਦੇ ਉਸ ਮਨੁੱਖ ਦੇ ਸਾਰੇ ਜਪ ਤਪ ਪ੍ਰਵਾਨ ਅਤੇ ਭਲੇ ਹੋ ਗਏ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰ ਲਿਆ। ਆਸ਼ ਮੈਨੇ ਉਸ ਦੇ ਬੰਦਗੀ ਭਰੇ ਜਿੰਨੇ ਜੁਮਲਾ ਮੈਨੇ ਸਾਰੇ ਜਿੰਨੇ ਵੀ ਜਪ ਤਪ ਨੇ ਮਕਬੂਲ ਮੈਨੇ ਪ੍ਰਵਾਨ ਹੋ ਗਏ ਰੱਬ ਦੀ ਦਰਗਾਹ ਵਿੱਚ, ਉਹ ਅਤੇ ਉਸਦਾ ਨਿਕੂ ਭਲਾ ਹੋ ਜਾਂਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰ ਲੈਂਦਾ ਹੈ, ਸੰਸਾਰ ਦੇ ਵਿੱਚ ਆਪਣੇ ਮਾਈ ਦਾ ਦੀਦਾਰ ਕਰਦਾ। ਆਸ਼ ਉਸ ਦੀ ਸਾਰੀ ਬੰਦਗੀ ਵੀ ਪ੍ਰਵਾਨ ਅਤੇ ਉਹਦੇ ਸਾਰੇ ਜਪ ਤਪ ਵੀ ਭਲੇ ਔਰ ਦੁਨੀਆ ਦੇ ਵਿੱਚ ਉਹਦਾ ਭਲਾ ਹੋ ਜਾਂਦਾ ਹੈ ਜਿਹੜਾ ਭਾਈ ਗੁਰੂ ਗੋਬਿੰਦ ਸਿੰਘ ਜੀ ਦਾ ਦੀਦਾਰ ਜਰਰੇ ਜਰਰੇ ਵਿੱਚ ਕਰ ਲੈਂਦਾ ਹੈ। ਈਂਡ ਹਾਨੋ ਆਂਡ ਹਾਂ ਅਸ ਹੱਕ ਪੁਰਸਤ, ਭਾਈ ਇਹ ਜਹਾਨ, ਈ ਜਹਾਨ ਈ ਮੈਨੇ ਇਹ ਜਹਾਨ ਮੈਨੇ ਸੰਸਾਰ, ਅਤੇ ਹੋੜੇ ਵਿੱਚੋਂ ਨਿਕਲਿਆ ਉਹ ਉਹ ਮੈਨੇ ਅਤੇ ਆ ਜਹਾਨ ਅਤੇ ਉਹ ਜਹਾਨ, ਆ ਮੈਨੇ ਉਹ, ਉਹ ਜਹਾਨ ਕਿਹੜਾ ਹੈ? ਪਰਲੋਕ। ਇਹ ਲੋਕ ਤੇ ਪਰਲੋਕ ਹੱਕ ਸੱਚੇ ਗੁਰੂ ਗੋਬਿੰਦ ਸਿੰਘ ਦੇ ਅਸ ਮੈਨੇ ਦੇ ਸੱਚੇ ਗੁਰੂ ਗੋਬਿੰਦ ਸਿੰਘ ਦੇ ਨੂਰ ਦੇ ਨਾਲ ਔਰ ਮੈਨੇ ਭਰੇ ਹੋਏ ਅਸਤ ਮੈਨੇ ਹੈਨ, ਸਾਰੇ ਗੁਰੂ ਗੋਬਿੰਦ ਸਿੰਘ ਦੇ ਨੂਰ ਨਾਲ ਭਰੇ ਨੇ, ਸਾਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਨੂਰ ਹੀ ਨੂਰ ਹੈ।
ਮਰਦੇ ਹੱਕ ਬਾਲਮ ਕੰਮ ਤਰਾਸਤਾ। ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਨੂਰ ਦਾ ਨਜ਼ਾਰਾ ਲੁੱਟਣ ਵਾਲੇ ਹੱਕ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਵਾਜੇ ਮਰਦ ਦਲੇਰ ਸਿੰਘ ਸੂਰਮੇ ਆਲਮ ਸੰਸਾਰ ਦੇ ਬਾਹ ਵਿੱਚ ਕੰਮ ਧਰ ਮੈਨੇ ਬਹੁਤ ਥੋੜ੍ਹੇ, ਅਸਤ ਮੈਨੇ ਹੈ ਬੜੇ ਥੋੜ੍ਹੇ ਨੇ ਜਿਨ੍ਹਾਂ ਨੂੰ ਇਹ ਨਜ਼ਾਰਾ ਆਉਂਦਾ ਵੀ ਗੁਰੂ ਗੋਬਿੰਦ ਸਿੰਘ ਦਾ ਹੀ ਨੂਰ ਹੈ ਚਾਰੇ ਪਾਸੇ। ਭਾਈ ਸੰਦੀਪ ਸਿੰਘ ਵਰਗੇ ਥੋੜ੍ਹੇ ਹੀ ਨੇ ਜਿਹੜੇ ਜਰਰੇ ਜਰਰੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਨੂਰ ਤੱਕਦੇ ਨੇ। ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ, 10 ਵਜੇ ਦਾ ਸਮਾਂ ਹੋ ਗਿਆ ਹੈ, ਬ੍ਰਹਮ ਕਵਚ ਦੇ ਪਾਠ ਦੀ ਡਿਊਟੀ ਵੀ ਬਦਲ ਗਈ ਹੈ ਸ਼ਾਇਦ, ਅਤੇ ਹੁਣ ਆਪਾਂ ਨੂੰ ਕਥਾ ਦੀ ਸਮਾਪਤੀ ਕਰ ਦੇਣੀ ਚਾਹੀਦੀ ਹੈ। ਕੱਲ੍ਹ ਨੂੰ ਅੱਗੇ ਟਾਈਮ ਦੇ ਨਾਲ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਅਤੇ ਫਿਰ ਇਹ ਸੰਧਿਆ ਦੇ ਵੇਲੇ ਅੱਗੇ ਕਥਾ ਤੁਰੇਗੀ। ਅੱਜ ਇਤਨੀ ਕੁ ਹਾਜ਼ਰੀ ਪ੍ਰਵਾਨ ਕਰੋ, ਹੋਈ ਭੁੱਲ ਚੁੱਕ ਦੀ ਖਿਮਾ। ਈ ਜਾਨੋ ਆ ਜਾ ਅਸ ਹੱਕ ਪਰਸਤ ਲੈ ਕੇ ਮਰਦਾ ਹੱਕ ਬਾਲਮ ਕੰਮ ਤਰਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।